ਮੈਂ ਸੁਸ਼ੀਲ ਦੇਵਗਨ, ਮੰਡਲ ਪ੍ਰਧਾਨ ਖੰਡਵਾਲਾ, ਭਾਰਤੀ ਜਨਤਾ ਪਾਰਟੀ। ਸਭ ਤੋਂ ਪਹਿਲਾਂ ਅੱਜ ਮੈਂ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ, ਰਾਜਗੁਰੂ ਸੁਖਦੇਵ ਜੀ ਦਾ ਸ਼ਹੀਦੀ ਦਿਨ ਆ। 23 ਮਾਰਚ ਨੂੰ ਉਹਨਾਂ ਨੂੰ ਫਾਂਸੀ ਦੇ ਸਜ਼ਾ ਦਿੱਤੀ ਗਈ ਸੀ, ਫਾਂਸੀ 'ਤੇ ਲਗਾਇਆ ਗਿਆ ਸੀ। ਉਹਨਾਂ ਨੂੰ ਮੈਂ ਨਮਨ ਕਰਦਾ ਹਾਂ ਉਹਨਾਂ ਦੀ ਸ਼ਹੀਦੀ ਨੂੰ, ਔਰ ਉਹਨਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ 'ਚ ਬਹੁਤ ਅਹਿਮ ਰੋਲ ਅਦਾ ਕੀਤਾ ਸੀ, ਔਰ ਮੈਂ ਇਹਨਾਂ ਨੂੰ ਦੁਬਾਰਾ ਤੋਂ ਇਹਨਾਂ ਸ਼ਹੀਦਾਂ ਨੂੰ ਨਮਨ ਕਰਦਾ ਹਾਂ। ਔਰ ਮੈਂ ਇੱਕ ਹੋਰ ਬੇਨਤੀ ਕਰਦਾ ਹਾਂ ਆਪਣੀ ਭਾਰਤੀ ਜਨਤਾ ਪਾਰਟੀ ਦੀ ਹਾਈਕਮਾਂਡ ਨੂੰ, ਸ਼੍ਰੀ ਸ਼ਵੇਤ ਮਲਿਕ ਜੀ ਨੂੰ, ਔਰ ਸਾਡੇ ਹਿੰਦੁਸਤਾਨ ਦੇ ਪ੍ਰਧਾਨ ਅਮਿਤ ਸ਼ਾਹ ਜੀ, ਨਰਿੰਦਰ ਮੋਦੀ ਜੀ ਔਰ ਅਰੁਣ ਜੇਤਲੀ ਜੀ ਨੂੰ ਵੀ ਬੇਨਤੀ ਕਰਦਾ ਹਾਂ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕੈਂਡੀਡੇਟ ਹੈ ਅੰਮ੍ਰਿਤਸਰ ਤੋਂ, ਉਹ ਅੰਮ੍ਰਿਤਸਰ ਦਾ ਲੋਕਲ ਹੀ ਕੈਂਡੀਡੇਟ ਕੋਈ ਹੋਣਾ ਚਾਹੀਦਾ ਆ। ਉਹ ਕੋਈ ਹੋਵੇ, ਉਹ ਪਾਰਟੀ ਨੇ ਦੱਸਣਾ ਆ ਵੀ ਕਿਹਨੂੰ ਟਿਕਟ ਦੇਣੀ ਹੈ। ਪਰ ਅਸੀਂ, ਮੈਂ ਜਿਹੜੀ ਪੁਰਜ਼ੋਰ ਅਪੀਲ ਕਰਦਾ ਆਪਣੀ ਪਾਰਟੀ ਨੂੰ ਕਿ ਜਿਹੜਾ ਸਾਡਾ ਕੈਂਡੀਡੇਟ ਆ ਅੰਮ੍ਰਿਤਸਰ ਦਾ, ਉਹ ਲੋਕਲ ਹੋਣਾ ਚਾਹੀਦਾ ਆ, ਕਿਉਂਕਿ ਹਰ ਇਨਸਾਨ ਨੂੰ ਬਹੁਤ ਉਮੀਦ ਹੁੰਦੀ ਹੈ ਆਪਣੇ ਕੈਂਡੀਡੇਟ ਕੋਲੋਂ, ਆਪਣੇ ਉਮੀਦਵਾਰ ਕੋਲੋਂ, ਕਿਉਂਕਿ ਸਿਆਣੇ ਕਹਿੰਦੇ ਨੇ ਕਿ ਸਿਰਹਾਣੇ ਥੱਲੇ ਜਿਹੜੀ ਬਾਂਹ ਆ ਉਹ ਹੀ ਕੰਮ ਆਉਂਦੀ ਹੈ, ਔਰ ਹਮੇਸ਼ਾ ਉਹਨੂੰ ਫੜਿਆ ਜਾ ਸਕਦਾ ਆ। ਤੁਹਾਡੇ ਦੁੱਖ ਸੁੱਖ ਦਾ ਭਾਈਵਾਲ ਹੋ ਸਕਦਾ ਆ, ਅਸੀਂ ਉਹਦੇ ਦੁੱਖ ਸੁੱਖ ਦੇ ਭਾਈਵਾਲ ਹੋ ਸਕਦੇ ਹਾਂ। ਕਦੀ ਕੋਈ ਸੈਲੀਬ੍ਰਿਟੀ ਜਿੱਤ ਕੇ ਦਿੱਲੀ ਬਹਿ ਜਾਂਦਾ ਜਾਂ ਬੰਬੇ ਚਲਾ ਜਾਂਦਾ ਹੈ, ਉਹ ਵਾਪਸ ਅੰਮ੍ਰਿਤਸਰ ਨਹੀਂ ਆਉਂਦਾ, ਉਹਨੂੰ ਲੱਭਣ ਵਾਸਤੇ ਲੋਕ ਗੁੰਮਸ਼ੁਦਗੀ ਦੇ ਬਾਅਦ ਪੋਸਟਰ ਤੱਕ ਵੀ ਲੱਗਦੇ ਰਹਿੰਦੇ ਆ। ਔਰ ਇਸ ਕਰਕੇ ਮੈਂ ਇਹੋ ਬੇਨਤੀ ਕਰਦਾ ਹਾਂ, ਹੱਥ ਜੋੜ ਕੇ ਆਪਣੀ ਹਾਈਕਮਾਂਡ ਨੂੰ ਰਿਕੁਐਸਟ ਕਰਦਾ ਹੈ, ਬਹੁਤ ਜ਼ੋਰ ਅਪੀਲ ਕਰਦਾ ਹੈ ਕਿ ਕਿਰਪਾ ਕਰਕੇ ਸਾਨੂੰ ਕੋਈ ਨਾ ਕੋਈ ਜਿਹੜਾ ਹੈ ਲੋਕਲ ਕੈਂਡੀਡੇਟ ਦਿੱਤਾ ਜਾਵੇ। ਬਾਹਰ ਦਾ ਕੈਂਡੀਡੇਟ ਨੂੰ ਕੋਈ ਵੀ ਆਦਮੀ ਅੰਮ੍ਰਿਤਸਰ ਦੇ ਲੋਕ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹੈਗੇ। ਇਹੋ ਮੇਰੀ ਤੁਹਾਡੇ ਅੱਗੇ ਆਸ ਆ, ਉਮੀਦ ਆ ਤੁਹਾਡੇ ਤੋਂ, ਪਾਰਟੀ ਤੋਂ, ਕਿ ਇਸ ਲੋਕਲ ਕੈਂਡੀਡੇਟ ਜਿਹੜਾ ਦਿੱਤਾ ਜਾਵੇ ਇਸ ਸ਼ਹਿਰ ਨੂੰ, ਅੰਮ੍ਰਿਤਸਰ।